ਪੰਜਾਬੀ ਸਿਨੇਮਾ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਅਦਾਕਾਰ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦੇਹਾਂਤ ਹੋਇਆ ਹੈ ਤਾਂ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਵੱਡਾ ਨਾਮ ਸੀ ਰਣਦੀਪ ਸਿੰਘ ਭੰਗੂ ਦਾ ਤੇ ਅੱਜ ਰਣਦੀਪ ਸਿੰਘ ਭੰਗੂ ਦਾ ਦੇਹਾਂਤ ਹੋ ਗਿਆ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਮਨੋਰੰਜਨ ਜਗਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦੇਹਾਂਤ ਹੋ ਗਿਆ। ਬਹੁਤ ਹਸਮੁੱਖ ਸੁਭਾਅ ਸੀ, ਉਹ ਹੱਸਦਾ ਹੀ ਰਹਿੰਦਾ ਸੀ, ਉਹਨੇ ਇਕੱਲੀਆਂ ਫਿਲਮਾਂ ਨਹੀਂ, ਉਸ ਤੋਂ ਪਹਿਲਾਂ ਉਹ ਇੱਕ ਪਲੇਅਰ ਸੀ ਕਬੱਡੀ ਦਾ, ਬਹੁਤ ਅੱਛਾ ਪਲੇਅਰ ਸੀ ਉਹ। ਅਤੇ ਇੱਥੇ ਚਮਕੌਰ ਸਾਹਿਬ ਹੀ ਉਹਦੀ ਅਕੈਡਮੀ ਦੇ ਵਿੱਚ ਉਹ ਕਾਫੀ ਖੇਡਦਾ ਰਿਹਾ, ਉਹਨੇ ਬਹੁਤ ਸਾਰੇ ਮੈਚ ਖੇਡੇ। ਉਸ ਤੋਂ ਬਾਅਦ ਉਹ ਸਾਡੇ ਨਾਲ ਜੁੜਿਆ, ਲਗਭਗ 8-10 ਸਾਲ ਹੋ ਗਏ ਸੀ ਇਦੋਂ ਪਹਿਲਾਂ। ਉਹਨੇ ਥੀਏਟਰ ਕੀਤਾ, ਬਹੁਤ ਨਾਟਕ ਕੀਤੇ, ਸਾਡੇ ਪੰਜਾਬੀ ਨਾਟਕਕਾਰ ਬਾਬਾ ਬੋੜ ਗੁਰਸ਼ਰਨ ਭਾਅ ਜੀ ਦੀ ਟੀਮ ਹੈ 71, ਉਹਦੇ ਸਰਪ੍ਰਸਤ ਨੇ ਅੱਜ ਕੱਲ੍ਹ ਭਾਅ ਜੀ ਦੇ ਜਾਣ ਤੋਂ ਬਾਅਦ। ਅਤੇ ਉਹਨਾਂ ਨਾਲ ਵੀ ਉਹਨੇ ਬਹੁਤ ਸਾਰੇ ਨਾਟਕ ਕੀਤੇ ਹੈ ਅਤੇ ਕਾਫੀ ਸਾਰੀਆਂ ਫਿਲਮਾਂ ਵੀ ਕੀਤੀਆਂ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਪਰ ਅਚਾਨਕ ਅੱਜ ਜਿਹੜਾ ਕੁਛ ਹੋਇਆ ਉਹ ਅਸੀਂ ਸੋਚ ਵੀ ਨਹੀਂ ਸਕਦੇ ਕਿ ਕਿਵੇਂ ਉਹ ਚਲੇ ਗਿਆ, ਕਿਉਂਕਿ ਮੈਂ ਕੁਛ ਦਿਨ ਪਹਿਲਾਂ ਹੀ ਮੇਰੀ ਗੱਲ ਹੋਈ ਉਹਦੇ ਨਾਲ, ਘੱਟੋ ਘੱਟ 30 ਮਈ ਤੋਂ ਪਹਿਲਾਂ ਮੈਂ UK ਜਾਣਾ ਸੀ, ਉਦੋਂ ਮੈਨੂੰ ਫੋਨ ਆਇਆ ਕਿ ਮੈਂ ਚਮਕੌਰ ਸਾਹਿਬ ਆਇਆ ਹੋਇਆ, ਮੈਂ ਤੁਹਾਨੂੰ ਮਿਲਣਾ। ਅਤੇ ਮੈਂ ਉਹਨੂੰ ਕਿਹਾ ਬੇਟਾ ਮੈਂ ਰਸਤੇ 'ਚ ਆਪਾਂ ਆ ਕੇ ਗੱਲ ਕਰਦੇ ਹਾਂ। ਅਤੇ ਮੈਨੂੰ ਹਜੇ ਆਈ ਨੂੰ 2 ਦਿਨ ਹੀ ਹੋਏ ਆ, ਮੈਨੂੰ ਤਾਂ ਸਵੇਰੇ ਖਬਰ ਮਿਲੀ ਆ ਇਹ। ਇਸ ਤਰੀਕੇ ਨਾਲ ਤੁਹਾਡੇ ਨਾਲ ਕਦੋਂ ਮਿਲਿਆ ਸੀ, ਕਿੰਨੇ ਕੁ ਟਾਈਮ ਪਹਿਲਾਂ ਮਿਲਿਆ ਸੀ, ਕਿਹੜੀ ਫਿਲਮ ਤੋਂ ਸਟਾਰਟ ਕੀਤੀ ਸੀ? ਫਿਲਮਾਂ ਤਾਂ ਉਹਨੇ ਦੇਖੋ ਪਹਿਲਾਂ ਸ਼ਾਰਟ ਮੂਵੀਜ਼ ਕੀਤੀਆਂ, ਥੀਏਟਰ ਕੀਤਾ, ਸ਼ਾਰਟ ਮੂਵੀਜ਼ ਕੀਤੀਆਂ। ਇਸ ਤਰੀਕੇ ਨਾਲ ਨਹੀਂ ਕਿ ਮੇਰੇ ਨਾਲ ਕੋਈ ਸਪੈਸ਼ਲ ਫਿਲਮ ਕੀਤੀ, ਉਹਨੇ ਪੰਜਾਬੀ ਇੰਡਸਟਰੀ 'ਚ ਹੀ ਕੰਮ ਕੀਤਾ। ਜਿਵੇਂ ਆ ਪਿੱਛੇ ਜੇ ਇੱਕ ਫਿਲਮ ਸੀਗੀ, ਕਿਹੜੀ ਫਿਲਮ ਸੀ ਉਹ, ਇਹ ਜਨਮ ਤੁਮਾਰੇ ਲਿਖੇ, ਉਹਦੇ ਵਿੱਚ ਬਹੁਤ ਅੱਛਾ ਕਰੈਕਟਰ ਸੀ ਉਹਦਾ, ਇਹ ਜਨਮ ਤੁਮਾਰੇ ਲਿਖੇ ਕਿੰਨੇ ਲੋਕਾਂ ਨੇ ਦੇਖੀ। ਆਰਟਿਸਟ ਬਹੁਤ ਤਕੜਾ ਸੀ ਉਹ, ਬਹੁਤ ਵਧੀਆ ਆਰਟਿਸਟ ਸੀ, ਕਿਉਂਕਿ ਉਹਨੇ ਪਹਿਲਾਂ ਥੀਏਟਰ ਕੀਤਾ, ਥੀਏਟਰ ਤੋਂ ਬਾਅਦ ਉਹ ਫਿਲਮ ਇੰਡਸਟਰੀ ਦੇ ਵਿੱਚ ਆਇਆ। ਠੀਕ ਜੇ ਪਰਿਵਾਰ ਸੀਗਾ ਉਹਦਾ, ਬਹੁਤ ਹਸਮੁੱਖ ਸੁਭਾਅ ਦਾ ਸੀ, ਇਹੀ ਨਹੀਂ ਇਕੱਲਾ ਵੀ ਉਹ ਫਿਲਮਾਂ 'ਚ ਹੀ ਕੰਮ ਕਰਦਾ ਸੀ, ਉਹ ਘਰ ਦਾ ਕੰਮ ਵੀ ਬਹੁਤ ਕਰਦਾ ਸੀ। ਖੇਤਾਂ ਵਿੱਚ ਅਕਸਰ ਤੁਸੀਂ ਦੇਖਦੇ ਸੀ ਉਹਦੀਆਂ ਵੀਡੀਓ, ਮਤਲਬ ਖੇਤਾਂ ਦੇ ਵਿੱਚ ਫਸਲ ਵਾਹੁਣੀ ਬੀਜਣੀ, ਅਤੇ ਉਹਨੇ ਮਤਲਬ ਪਸ਼ੂਆਂ ਨੂੰ ਪੱਠੇ ਤੱਕ ਸਾਰਾ ਕੰਮ, ਇੱਦਾਂ ਨਹੀਂ ਸੀਗਾ ਕਿ ਉਹ ਇੱਕ ਆਪਣੇ ਆਪ ਦੀ ਸਟਾਰ ਫੀਲਿੰਗ ਉਹਦੀ, ਸਾਰੇ ਕੰਮ ਕਰਦਾ ਸੀ। ਹਸਮੁੱਖ ਇੰਨਾ ਸੀ ਕਿ ਹਰ ਇੱਕ ਨੂੰ ਉਹਨੇ ਬੁਲਾਉਣਾ, ਹਰ ਇੱਕ ਨੂੰ ਵਿਸ਼ ਕਰਨੀ, ਉਹਨੇ ਹਰ ਇੱਕ ਦਾ ਚਾਹਤਾ ਸੀ। ਤੁਹਾਡੇ ਨਜ਼ਦੀਕ ਉਹਦਾ ਪਿੰਡ ਆ, ਤੁਸੀਂ ਪਰਿਵਾਰ ਨੂੰ ਵੀ ਮਿਲੇ ਹੋ? ਹਾਂ, ਮੇਰੇ ਲੌਜ ਵੀ ਉੱਥੇ ਹੀ ਨੇ, ਚੂਹੜ ਮਾਜਰਾ ਉਹਦਾ ਪਿੰਡ ਹੈ, ਅਤੇ ਮੇਰੇ ਹਸਬੈਂਡ ਸਰਦਾਰ ਸਵਰਨ ਸਿੰਘ ਭੰਗੂ ਵੀ ਉਸੇ ਪਿੰਡ ਦੇ ਨੇ। ਅਤੇ ਮੈਨੂੰ ਇੱਕ ਗੱਲ ਉਹਦੀ ਅੱਜ ਬੜੀ ਸਵੇਰੇ ਯਾਦ ਆਈ, ਅਤੇ ਇੱਥੇ ਆ ਕੇ ਕਈ ਵਾਰੀ ਉਹਨੇ ਕਹਿਣਾ, ਕਹਿੰਦਾ ਚੂਹੜ ਮਾਜਰੇ ਦੇ ਵਿੱਚ 2 ਹੀ ਹੀਰੇ ਜੰਮੇ ਨੇ, ਇੱਕ ਸਵਰਨ ਸਿੰਘ ਭੰਗੂ, ਇੱਕ ਮੈਂ ਹਾਂ। ਅਤੇ ਮੈਂ ਅੱਜ ਸਵੇਰੇ ਯਾਦ ਕਰਦੀ ਸੀ, ਮੈਂ ਕਿਹਾ ਵੀ ਪਤਾ ਹੀ ਨਹੀਂ ਹੱਥਾਂ 'ਚੋਂ ਕਿਵੇਂ ਅਚਾਨਕ ਚਲੇ ਗਿਆ। ਘਰੋਂ ਇਹ ਵੀ ਪਤਾ ਲੱਗਿਆ ਉਸ ਟਾਈਮ ਤੋਂ ਡਰਿੰਕ ਕਰਨ ਲੱਗ ਗਿਆ ਸੀ? ਡਿਪਰੈਸ਼ਨ? ਹਾਂ, ਥੋੜ੍ਹਾ ਕਦੇ ਕਦੇ। ਦੇਖੋ ਮੈਂ ਮੇਰੀ ਤਾਂ ਉਹ ਝੇਪ ਬਹੁਤ ਮੰਨਦਾ ਸੀ, ਮੈਥੋਂ ਨਾ ਉਹ ਐਂ ਜੇ ਉਹਨੂੰ ਲੱਗਦਾ ਸੀਗਾ ਕਿ ਮੈਨੂੰ ਗੁੱਸੇ ਨਾ ਹੋਣਾ। ਜਿਵੇਂ ਸਾਡੇ ਨਾਲ ਹਰਵਿੰਦਰ ਹੈ, ਮਲਕੀਤ ਹੈ, ਹਰਵਿੰਦਰ ਨਾਲ ਅਕਸਰ ਉਹਦੀ ਕਿਉਂ ਹਾਮੇ ਜੇ ਸੀਗੇ, ਅਕਸਰ ਗੱਲ ਹੁੰਦੀ ਰਹਿੰਦੀ ਸੀ। ਅਤੇ ਜਿਵੇਂ ਇਸ ਤਰੀਕੇ ਨਾਲ ਬੰਦੇ ਨੇ ਫਰਸਟਰਡ ਹੋ ਜਾਣਾ ਵੀ ਮਹਿੰਗਾਈ ਬਹੁਤ ਹੈ, ਕੰਮ ਘੱਟ ਹੈ, ਜੇ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਸੀ। ਫਿਰ ਉਹਨੂੰ ਮੈਂ ਬਹੁਤ ਕਹਿਣਾ ਵੀ ਆਪਾਂ ਕਿਹੜਾ ਪਹਿਲਾਂ ਇਹ ਬਹੁਤ ਸਟਾਰਾਂ ਦੇ ਘਰ ਜੰਮੇ ਸੀਗੇ, ਇਹ ਤਾਂ ਆਪਾਂ ਮਿਹਨਤ ਕੀਤੀ ਹੈ ਨਹੀਂ, ਅਤੇ ਕੰਮ ਇਕੱਲਾ ਇਹੀ ਨਹੀਂ ਗੀ ਵੀ ਆਪਾਂ ਇੰਡਸਟਰੀ 'ਚ ਹੀ ਕੰਮ ਕਰਨਾ, ਆਪਣੇ ਲਈ ਬਹੁਤ ਕੰਮ ਨੇ। ਅਤੇ ਇਹ ਨਹੀਂ ਸੀ ਲੱਗਦਾ ਕਿ ਉਹ ਐਂ ਅਚਾਨਕ ਚਲਾ ਜਾਊ, ਥੋੜ੍ਹਾ ਇਸ ਤਰੀਕੇ ਨਾਲ ਲੱਗਦਾ ਸੀਗਾ ਕਿ ਉਦਾਸ ਹੈ। ਕੁਝ ਦੱਸਿਆ ਕਿੰਨੇ ਟਾਈਮ ਤੋਂ ਘਰ ਵਿਹਲਾ ਬੈਠਾ ਸੀ? ਇਸ
ਤਰੀਕੇ ਨਾਲ ਤਾਂ ਉਹਦੀ ਆ ਪਿੱਛੇ ਜੀ ਵੀ ਮੈਨੂੰ ਲੱਗਦਾ ਦੋ ਤਿੰਨ ਫਿਲਮਾਂ 'ਚ ਉਹਨੇ ਕੰਮ ਕੀਤਾ ਹੈ। ਕੁਛ ਗੱਲ ਵੀ ਚੱਲ ਰਹੀ ਸੀ, ਮੈਨੂੰ ਉਸ ਦਿਨ ਫੋਨ 'ਤੇ ਉਹਨੇ ਦੱਸਿਆ ਕਿ ਮੈਨੂੰ ਆਈਆਂ ਨੇ ਇੱਕ ਦੋ ਕਾਲ, ਕਿਉਂਕਿ ਚਲੋ ਕੰਮ ਦੀ ਤੁਹਾਡੀ ਕੋਈ ਮੈਨੂੰ ਨਹੀਂ ਲੱਗਦਾ ਮਸਲਾ ਸੀਗਾ ਉਹਦਾ। ਉਹੀ ਜਿਵੇਂ ਕੋਈ ਕਈ ਵਾਰੀ ਬੰਦਾ ਕੋਈ ਬੰਦਾ ਵਿਹਲਾ ਨਹੀਂ ਬੈਠ ਸਕਦਾ। ਦੇਖੋ ਇਕਨੋਮਿਕਲੀ ਤਾਂ ਵਰਲਡ ਲੈਵਲ 'ਤੇ ਸਾਰਾ ਕੁਛ ਇਸ ਤਰੀਕੇ ਨਾਲ ਹੋਇਆ ਹੋਇਆ, ਹੁਣ ਇੰਨੀ ਮਹਿੰਗਾਈ ਹੈ। ਉਹ ਗੱਲ ਤਾਂ ਇਹ ਹੈ ਵੀ ਪਤਾ ਨਹੀਂ ਕਿਹੜੀ ਚੀਜ਼ ਬੰਦੇ ਦੇ ਮਨ 'ਚ ਕੀ ਬੈਠਿਆ ਹੁੰਦਾ, ਕਿਉਂਕਿ ਮੈਨੂੰ ਉਹ ਬੈਠ ਕੇ ਨਹੀਂ ਮਿਲਿਆ ਹੁਣ ਕਾਫੀ ਦੇਰ ਤੋਂ। ਹਰਵਿੰਦਰ ਹੁਣਾਂ ਨਾਲ ਉਹਦਾ ਕਾਫੀ ਚੱਲ ਰਿਹਾ ਸੀ ਇਹਨਾਂ ਦਿਨਾਂ 'ਚ, ਕਿਉਂਕਿ ਮੈਂ ਬਿਜ਼ੀ ਸੀ, ਮੈਂ ਯੂਕੇ ਗਈ ਹੋਈ ਸੀ। ਜਿਵੇਂ ਦੇਖ ਤੁਸੀਂ ਇਮੋਸ਼ਨਲ ਵੀ ਹੋ ਰਹੇ ਹੋ, ਹੁੰਦਾ ਹੀ ਘਾਟਾ ਪਿਆ ਤੇ ਪਰਿਵਾਰ ਨੂੰ ਮਿਲਿਓ ਫਿਰ ਇਹਨਾਂ ਦੇ ਕਿਸੇ ਨੂੰ ਗੱਲ। ਹਾਂ ਅਸੀਂ ਪਿੰਡ ਜਾਂਦੇ ਰਹਿੰਦੇ ਸੀ, ਅਸੀਂ ਮਿਲਦੇ ਸੀ, ਪਰ ਅੱਜ ਜਦੋਂ ਇਹ ਲੱਗਿਆ ਕਿ ਉਹ ਹਜੇ PGI ਹੈ, ਡੈੱਡ ਬੋਡੀ ਨਹੀਂ ਆਈ, ਅਤੇ ਅਸੀਂ ਸਾਰੇ ਜਿਵੇਂ ਹੁਣ ਰਾਜਵਿੰਦਰ ਆਇਆ ਹੋਇਆ, ਹਰਵਿੰਦਰ ਹੈ, ਮਲਕੀਤ ਹੈ, ਸਾਰਿਆਂ ਨੂੰ ਇਹ ਸੀਗੇ ਵੀ ਪਹਿਲੀਆਂ ਜਾ ਕੇ ਇੱਕ ਤਾਂ ਗਰਮੀ ਹੈ, ਪਰਿਵਾਰ 'ਤੇ ਕਈ ਵਾਰੀ ਅਸੀਂ ਬੋਝ ਹੀ ਬਣ ਜਾਂਦੇ ਹਾਂ ਵੀ ਅਸੀਂ ਇਨ ਟੱਚ 'ਚ ਹਾਂ ਉਹਦੇ ਬ੍ਰਦਰ ਨਾਲ, ਇਨ ਟੱਚ 'ਚ ਹਾਂ, ਜਦੋਂ ਹੀ ਆਉਂਦਾ ਅਸੀਂ ਜਾਂਦੇ ਹਾਂ, ਗੱਲਬਾਤ ਚੱਲ ਰਹੀ ਹੈ ਸਾਡੀ ਉਹਨਾਂ ਨਾਲ। ਕੀ ਕਹਿਣਾ ਚਾਹੁੰਦੇ ਇਸ ਘਟਨਾ ਦੇ? ਬਸ ਇਹੀ ਲੱਗਦਾ ਕਿ ਕਿਉਂਕਿ ਉਹ ਵੀ ਇੱਕ ਨੌਜਵਾਨ ਮੁੰਡਾ ਸੀ, ਯੂਥ ਹੈ, ਮੈਨੂੰ ਇਹ ਲੱਗਦਾ ਕਿ ਸਾਡੇ ਕਰਨ ਲਈ ਬਹੁਤ ਕੁਛ ਹੈ, ਜੇ ਉਹਨੇ ਬਹੁਤ ਕੁਛ ਕਰਨਾ ਸੀ। ਕੁਛ ਬੱਚੇ ਇਹੋ ਜਿਹੇ ਐਵੇਂ ਉਦਾਸ ਹੋ ਜਾਂਦੇ ਨੇ, ਮੈਨੂੰ ਇਹ ਲੱਗਦਾ ਕਿ ਸਾਨੂੰ ਆਪਣੇ ਪਿਛੋਕੜ ਨੂੰ, ਸਾਡੇ ਇਤਿਹਾਸ ਨੂੰ, ਇਤਿਹਾਸ ਤੋਂ ਕੁਛ ਸਿੱਖਣਾ ਚਾਹੀਦਾ ਖਾਸ ਕਰਕੇ। ਅਤੇ ਜੇ ਕੋਈ ਗੱਲ ਸਾਡੇ ਮਨ 'ਚ ਆਉਂਦੀ ਵੀ ਹੈ ਉਦਾਸੀ ਵਾਲੀ, ਇੱਕ ਦੋ ਮਿੰਟ ਲਈ ਸਾਨੂੰ ਕਿਸੇ ਨਾਲ ਸਾਂਝੀ ਕਰਨੀ ਚਾਹੀਦੀ ਹੈ, ਉਸ ਉਦਾਸੀ 'ਚੋਂ ਨਿਕਲਣਾ ਚਾਹੀਦਾ। ਜਿਹੜਾ ਜੀਵਨ ਹੈ ਇਹ ਬਹੁਤ ਵਡਮੁੱਲਾ ਹੈ, ਕਿਉਂਕਿ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ, ਇਹ ਤਾਂ ਗੱਲਾਂ ਕੁਛ ਮਿੰਟ ਦੀਆਂ ਹੁੰਦੀਆਂ ਨੇ, ਅਤੇ ਕੋਈ ਇਹੋ ਜਿਹੀ ਗੱਲ ਨਹੀਂ। ਸਾਰਿਆਂ ਨੂੰ ਮੇਰਾ ਇਹੀ ਸੁਨੇਹਾ ਹੈ ਕਿ ਆਓ ਆਪਾਂ ਜ਼ਿੰਦਗੀ ਜ਼ਿੰਦਾਬਾਦ ਦਾ ਨਾਰਾ ਲਾਈਏ, ਨਾ ਕਿ ਆਪਾਂ ਉਦਾਸ ਹੋਈਏ। ਅਤੇ ਸੱਚਮੁੱਚ ਹੀ ਜਿਹੜਾ ਹੈਗਾ ਵਾ ਬੜੀ ਦੁੱਖਦਾਈ ਖਬਰ ਆ ਸਾਡੇ ਲਈ, ਹੈ ਨਾ, ਥੀਏਟਰ ਵਾਲਿਆਂ ਲਈ। ਪਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਨਹੀਂ ਕਿ ਬੇਲੇ ਕਾਲਜ ਦੇ ਵਿੱਚ ਉਹ ਮੇਰਾ ਸਟੂਡੈਂਟ ਬਣਿਆ, ਬੇਲੇ ਕਾਲਜ ਦੇ ਵਿੱਚ ਉਹਨੇ ਕੰਮ ਕੀਤਾ। ਉਹ ਤੋਂ ਬਾਅਦ ਜਿਹੜੀ ਉਹਨੇ ਪਹਿਲੀ ਫਿਲਮ ਵੀ ਕੀਤੀ ਹਰਜੀਤ ਭਾਅ ਜੀ ਹੋਰਾਂ ਦੀ, ਇਹ ਜਨਮ ਤੁਮਾਰੇ ਲੇਖੇ, ਉਹ ਵੀ ਹਰਜੀਤ ਭਾਅ ਜੀ ਮੈਂ ਆਡੀਸ਼ਨ ਲੈਣ ਆਏ ਸੀਗੇ ਅਤੇ ਮੈਂ ਉਹਦਾ ਆਡੀਸ਼ਨ ਦਵਾਇਆ। ਤਾਂ ਜਨਮ ਤੁਮਾਰੇ ਲੇਖੇ ਦੇ ਵਿੱਚ ਉਹਨੇ ਭਗਤ ਪੂਰਨ ਸਿੰਘ ਦਾ, ਜਿਹੜੇ ਉਹ ਭਗਤ ਪਿਆਰਾ ਬਣਿਆ ਸੀਗਾ, ਉਹਨੇ ਉਹ ਕਿਰਦਾਰ ਜਿਹੜਾ ਹੈ ਉਹ ਅਦਾ ਕੀਤਾ। ਉਹ ਤੋਂ ਬਾਅਦ ਜਿਹੜਾ ਹੈ ਉਹਨੇ ਬਹੁਤ ਸਾਰੀ ਸਟਰਗਲ ਕੀਤੀ, ਸਟਰਗਲ ਦੇ ਨਾਲ ਜਿਹੜਾ ਹੈ ਉਹਨੇ ਆਪਣਾ ਫਿਲਮ ਇੰਡਸਟਰੀ ਦੇ ਵਿੱਚ ਚੰਗਾ ਨਾਮ ਬਣਾਇਆ। ਦੂਰਬੀਨ ਜਾਂ ਹੋਰ ਬਹੁਤ ਸਾਰੀਆਂ, ਕਾਫੀ ਸਾਰੀਆਂ ਜਿਹੜੀਆਂ ਚਰਚਿਤ ਫਿਲਮਾਂ ਨੇ ਜਿਹਦੇ ਵਿੱਚ ਉਹਦਾ ਕਾਫੀ ਵੱਡਾ ਜਿਹੜਾ ਹੈ ਕਿਰਦਾਰ ਸੀ, ਅਤੇ ਅੱਜ ਉਹਦੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਚੰਗੀ ਖਾਸੀ ਪਛਾਣ ਬਣ ਗਈ ਸੀ। ਅਤੇ ਸਟੇਜ 'ਤੇ ਵੀ ਉਹਨਾਂ ਦੇ ਰੋਲ ਹੋਏ ਨੇ ਕੁਝ ਜ਼ਿਆਦਾ, ਹੈ ਜੇ ਕੋਈ ਪਲ ਹੈ ਜੇ ਕੋਈ ਤੁਹਾਨੂੰ ਯਾਦ ਆਉਂਦੇ ਉਹਨਾਂ ਸਟਾਈਲ? ਹਾਂ ਨਹੀਂ ਬਿਲਕੁਲ, ਉਹਨੇ ਸਟੇਜ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਨੇ ਮੇਰੇ ਕੋਲ ਮਤਲਬ ਅਕਸ ਰੰਗ ਮੰਚ ਸਮਰਾਲਾ ਦੇ ਨਾਲ ਨਾਟਕ ਕੀਤੇ, ਫਿਰ ਅੱਗੇ ਜਿਹੜਾ ਹੈ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਦੇ ਨਾਲ ਮੈਡਮ ਗੁਰਪ੍ਰੀਤ ਭੰਗੂ ਹੋਰਾਂ ਦੇ ਨਾਲ ਕੰਮ ਕੀਤਾ। ਫਿਰ ਉਹ ਤੋਂ ਬਾਅਦ ਜਿਹੜਾ ਹੈ ਉਹਨੇ 71 ਸਿੰਘ ਹੋਰਾਂ ਦੇ ਨਾਲ, ਜਿਹੜੇ ਸਰਦਾਰ ਗੁਰਸ਼ਰਨ ਸਿੰਘ ਜੀ, ਗੁਰਸ਼ਰਨ ਭਾਅ ਜੀ, ਉਹਨਾਂ ਦੀ ਜਿਹੜੀ ਟੀਮ ਸੀ ਉਹਦੇ ਨਾਲ ਵੀ ਉਹਨੇ ਜਿਹੜਾ ਹੈ ਕੰਮ ਕੀਤਾ। ਸੋ ਬੜਾ ਫਨੀ ਜਿਹਾ ਕਿਰਦਾਰ ਸੀ ਉਹਦਾ, ਕਿਉਂਕਿ ਕੱਦ ਦਾ ਉਹ ਮਧਰਾ ਸੀਗਾ, ਇਸ ਕਰਕੇ ਇੰਡਸਟਰੀ ਦੇ ਵਿੱਚ ਮੈਂ ਜਦੋਂ ਉਹਨੂੰ ਕਿਹਾ ਵੀ ਤੇਰਾ ਕੋਈ ਤੋੜ ਨਹੀਂ ਹੈ, ਅਰ ਵੀ ਤੂੰ ਜਿਹੜਾ ਹੈ ਤੂੰ ਕੰਮ ਕਰ, ਇੱਕ ਵਾਰੀ ਮਨ ਲਾ ਕੇ ਕੰਮ ਕਰ ਪੂਰਾ ਇੰਡਸਟਰੀ ਦੇ ਵਿੱਚ, ਅਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਅਤੇ ਉਹਨੇ ਮਨ ਲਾ ਕੇ ਕੰਮ ਕੀਤਾ ਅਤੇ ਕਿਰਦਾਰ ਉਹਨੂੰ ਫਨੀਓ ਮਿਲਦੇ ਸੀਗੇ, ਹੈ ਨਾ। ਪਰਿਵਾਰ ਦੇ ਵਿੱਚ ਅਸੀਂ, ਮੈਂ ਉਹਦੇ ਬ੍ਰਦਰ ਨੂੰ ਹੀ ਜਾਣਦਾ ਸੀਗਾ, ਮੰਮੀ ਡੈਡੀ ਨੂੰ, ਕਿਉਂਕਿ ਜਦੋਂ ਕੋਈ ਖੁਸ਼ੀ ਦੀ ਸਾਡੇ ਆਰਟਿਸਟਾਂ ਦੀ ਕੋਈ ਗੱਲਬਾਤ ਹੁੰਦੀ ਸੀ ਅਸੀਂ ਸਾਰੇ ਇਕੱਠੇ ਹੋ ਜਾਂਦੇ ਸੀ, ਕਦੇ ਕੋਈ ਜਨਮ ਦਿਨ ਦੇ ਉੱਤੇ ਜਾਂ ਕਿਸੇ ਸਟੇਜ ਸ਼ੋਅ ਦੇ ਉੱਤੇ ਇਕੱਠੇ ਹੁੰਦੇ ਸੀਗੇ।
ਅਤੇ ਫੈਮਿਲੀ ਠੀਕ ਸੀਗੀ ਉਹਦੀ, ਮਿਹਨਤੀ ਮੁੰਡਾ ਸੀਗਾ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਵੀ ਮਿਹਨਤ ਬੜੀ ਕਰਦਾ ਸੀਗਾ। ਕਿਸ ਤਰ੍ਹਾਂ ਦੇ ਰੋਲ ਨਿਭਾਣ ਕਰਦਾ ਸੀ, ਮੈਨੂੰ ਇਸ ਤਰ੍ਹਾਂ ਰੋਲ, ਕੋਈ ਡ੍ਰੀਮ ਰੋਲ ਉਹਦਾ ਕੋਈ ਇਸ ਤਰ੍ਹਾਂ? ਉਹਦਾ ਉਹਨੂੰ ਫਨੀ ਹੀ ਕਰੈਕਟਰ ਜੱਚਦੇ ਸੀਗੇ। ਜੇ ਉਹਨੇ ਮੇਰੇ ਕੋਲ ਥੀਏਟਰ 'ਚ ਵੀ ਕੰਮ ਕਰਿਆ ਹੈਗਾ ਵਾ, ਤਾਂ ਉਹਦੇ ਕੋਲ ਆਲਮੋਸਟ ਉਹਦੇ ਸਾਰੇ ਫਨੀ ਕਰੈਕਟਰ ਸੀ। ਇੱਕ ਨਾਟਕ ਸੀ ਸਾਡਾ, ਇੱਕ ਸੀ ਜਲ ਪਰੀ, ਉਹਦੇ ਵਿੱਚ ਵੀ ਜਿਹੜਾ ਹੈ, ਅਰ ਉਹਨੂੰ ਮਤਲਬ ਕਿ ਕਰੈਕਟਰ ਨੂੰ ਸਮਝਣ ਆਉਂਦਾ ਸੀ, ਉਹ ਕਰੈਕਟਰ ਨੂੰ ਜਿਉਂ ਲੈਂਦਾ ਸੀਗਾ। ਜੇ ਮਤਲਬ ਮੈਂ ਕੋਈ ਕਿਸੇ ਹੋਰ ਸ਼ੇਡ ਦੇ ਵਿੱਚ ਕਰੈਕਟਰ ਲਿਖਿਆ, ਤਾਂ ਉਹਨੇ ਆਪਣਾ ਇੱਕ ਸ਼ੇਡ ਦੇ ਕੇ ਜਿਹੜਾ ਹੈਗਾ ਕਰੈਕਟਰ ਨੂੰ ਜਿਉਂਦਾ ਕਰਨਾ, ਉਹਦੀ 'ਚ ਖਾਸੀਅਤ ਸੀ। ਅੱਜ ਉਹ ਸਾਡੇ ਵਿੱਚ ਨਹੀਂ ਹੈ, ਚਲੇ ਗਿਆ, ਤੁਸੀਂ ਕਹਿਣਾ ਚਾਹੁੰਦੇ ਹੋ ਕੀ ਕਰਨਾ, ਕਿਸ ਤਰ੍ਹਾਂ ਵਾਪਰੀਏ ਕਰਨਾ? ਮਤਲਬ ਇਹ ਬਹੁਤ ਮੰਦਭਾਗੀ ਜਿਹੜੀ ਹੈਗੀ ਆ ਗੱਲ ਆ, ਉਹ ਤਾਂ ਬਹੁਤ ਨੇੜੇ ਦਾ ਮਿੱਤਰ ਹਰਵਿੰਦਰ ਔਜਲਾ, ਇਹ ਦੋਨੋਂ ਇਕੱਠੇ ਹੀ ਜਿਹੜਾ ਹੈ ਉਹਨਾਂ ਨੇ ਕੰਮ ਕੀਤਾ, ਇਕੱਠੇ ਹੀ ਥੀਏਟਰ ਗਰੁੱਪਾਂ 'ਚ ਕੰਮ ਕੀਤਾ, ਤਾਂ ਮੈਂ ਉਹਦੇ ਨਾਲ ਗੱਲ ਕੀਤੀ, ਕਿਉਂਕਿ ਰਾਣੇ ਦੀ ਪਿਛਲੇ ਮਹੀਨਾ ਕੁ ਪਹਿਲਾਂ ਮੇਰੇ ਨਾਲ ਗੱਲ ਹੋਈ ਸੀ, ਉਹ ਤੋਂ ਬਾਅਦ ਨਹੀਂ ਗੱਲ ਹੋਈ ਮੈਂ ਹਰਵਿੰਦਰ ਨੂੰ, ਤਾਂ ਹਰਵਿੰਦਰ ਕਹਿੰਦਾ ਇੰਡਸਟਰੀ ਨੂੰ ਲੈ ਕੇ ਉਹਦੇ ਥੋੜ੍ਹੇ ਜਿਹਾ ਸੀਗਾ, ਉਦਾਸ ਸੀ, ਉਹ ਉਦਾਸੀ ਉਹਦੀ ਇਸ ਗੱਲ ਦੀ ਸੀਗੀ ਕਿ ਕਈ ਬੰਦੇ ਦੀਆਂ ਆਕਾਂਕਸ਼ਾਵਾਂ ਵੱਡੀਆਂ ਹੁੰਦੀਆਂ ਨੇ, ਬਈ ਆਹ ਫਲਾਨੇ ਕੋਲ ਹੈ ਅਤੇ ਮੇਰੇ ਕੋਲ ਹੋਣਾ ਚਾਹੀਦਾ, ਅਤੇ ਪਰ ਮੈਨੂੰ ਐਂ ਲੱਗਦਾ ਵੀ ਉਹ ਇੱਕ ਜ਼ੀਰੋ ਤੋਂ ਉੱਠਿਆ ਹੋਇਆ ਕਲਾਕਾਰ ਸੀ, ਅਤੇ ਉਹਦੀ ਪੂਰੀ ਪੰਜਾਬ ਦੇ ਵਿੱਚ ਪਛਾਣ ਸੀ ਸ਼ਾਇਦ, ਜਿਹੜਾ ਹੈ ਜਿੰਨੀਆਂ ਉਹਨੇ ਮਤਲਬ ਕਿ ਆਪਣੇ ਆਕਾਂਕਸ਼ਾਵਾਂ ਪਾਲੀਆਂ ਸੀ, ਕਿਤੇ ਲੱਗਦਾ ਹੈਗਾ ਵੀ ਮੈਨੂੰ ਸ਼ਾਇਦ ਉਹ ਵੀ ਛੇਤੀ ਉਹਦੇ ਹਾਸਲ ਕਰਨ ਦੇ ਚੱਕਰ 'ਚ ਸੀ, ਇਹ ਉਹਦੀ ਉਦਾਸੀ ਸੀਗੀ। ਸ਼ਾਇਦ ਹੋ ਸਕਦਾ ਇਹ ਗੱਲ ਵੀ ਉਹਦੀ ਉਦਾਸੀ ਦੇ ਵਿੱਚੋਂ ਨਿਕਲੀ ਹੋਵੇ ਜਿਹੜੀ ਸ਼ਰਾਬ ਪੀਣ ਵਾਲੀ ਗੱਲ ਹੈਗੀ ਆ, ਪਰ ਮੈਂ ਗੱਲ ਕਰਦਾ ਸ਼ਰਾਬ ਪੀਣਾ ਜਾਂ ਉਦਾਸ ਹੋ ਕੇ ਮਤਲਬ ਕਿ ਜਿਹੜਾ ਹੈਗਾ ਵਾ ਉਵੇਂ, ਇਹ ਤਾਂ ਕੋਈ ਹੱਲ ਨਹੀਂ ਹੈ ਸਰ। ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਅੱਜ ਸਾਰੀ ਤਕਰੀਬਨ ਪੂਰੀ ਸਾਡੀ ਪੰਜਾਬੀ ਦੀ ਜਿਹੜੀ ਫਿਲਮ ਇੰਡਸਟਰੀ ਆ ਉਹ ਉਦਾਸ ਆ, ਅਤੇ ਸਾਡੇ ਥੀਏਟਰ ਗਰੁੱਪ ਸਾਰੇ ਉਦਾਸ ਨੇ, ਕਿਉਂਕਿ ਇੱਕ ਬਹੁਤ ਹੀ ਯੰਗ ਅਤੇ ਬੜਾ ਟੈਲੈਂਟਡ ਜਿਹੜਾ ਹੈ ਅਦਾਕਾਰ, ਹਜੇ ਅਸੀਂ ਉਹਦੇ ਕੋਲ ਬਹੁਤ ਕੁਛ ਜਿਹੜਾ ਹੈਗਾ ਚਾਹੁੰਦੇ ਸੀ ਕਿ ਉਹਦੀਆਂ ਚੰਗੀਆਂ ਫਿਲਮਾਂ ਆਉਣਗੀਆਂ, ਉਹਦੇ ਚੰਗੇ ਕਿਰਦਾਰ ਆਉਣਗੇ, ਉਹ ਜਿਹੜਾ ਹੈ ਸਾਡੇ ਹੱਥੋਂ ਖੁੱਸ ਗਿਆ, ਅਸੀਂ ਉਦਾਸ ਹਾਂ। ਫਿਲਮਾਂ ਵੀ ਕਾਫੀ ਆਈਆਂ ਹੁਣ, ਇੰਨਾ ਦੂਰਬੀਨ ਆਈ ਹੈ, ਅਤੇ ਆ ਹੁਣ ਜਿਹੜੀ ਕਿਹੜਾ ਮੇਰੇ ਪਿੰਡ ਦਾ ਸਕੂਲ ਉਹਦੇ ਵਿੱਚ ਵੀ ਉਹਦਾ ਹੈਗਾ ਕਾਫੀ। ਹਾਂ, ਰੋਲ ਕਮੇਡੀਅਨ ਰੋਲ ਸੀਗੇ ਵੈਸੇ ਵੀ, ਮਤਲਬ ਮਲਾਪੜਾ ਸੁਭਾਅ ਸੀਗਾ ਬਹੁਤ, ਅਤੇ ਮਜ਼ਾਕ ਦੇ ਵਿੱਚ ਰਹਿੰਦਾ ਸੀ। ਸ਼ੂਟਿੰਗ 'ਤੇ ਨਹੀਂ ਗਏ ਪਰ ਮਤਲਬ ਮੁਲਾਕਾਤ ਹੁੰਦੀ ਰਹਿੰਦੀ ਸੀ ਬਹੁਤ। ਹਾਂ, ਕਦੇ ਉਹ ਰੋਪੜ ਆ ਗਏ, ਕਦੇ ਅਸੀਂ ਚਮਕੌਰ ਸਾਹਿਬ ਆ ਗਏ। ਆਮ ਜ਼ਿੰਦਗੀ 'ਚ ਬਹੁਤ ਵਧੀਆ ਸੁਭਾਅ ਤਾ, ਹਸਮੁੱਖ ਸੁਭਾਅ ਦਾ, ਹਰ ਇੱਕ ਨਾਲ ਹੱਸ ਕੇ ਬੋਲਣਾ, ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ, ਚਾਹੇ ਕੋਈ ਉਹਨਾਂ ਨੂੰ ਜੇ ਗੁੱਸੇ ਦੇ ਵਿੱਚ ਅਸੀਂ ਕੁਛ ਬੋਲ ਵੀ ਪਈਏ ਤਾਂ ਵੀ ਉਹਨਾਂ ਨੇ ਸਾਡੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ। ਇਹ ਤਾਂ ਪਰ ਕੁਛ ਇੰਨਾ ਮਤਲਬ ਸੀਗਾ ਵੀ ਥੋੜ੍ਹਾ ਬਹੁਤ ਅਪਸੈਟਿੰਗ, ਚਲੋ ਚੱਲਦੀ ਅਪ ਡਾਊਨ ਚੱਲਦਾ ਹੁੰਦਾ ਇੰਡਸਟਰੀ ਦੇ ਵਿੱਚ, ਪਰ ਇੱਦਾਂ ਦਾ ਕੁਛ ਨਹੀਂ ਸੀਗਾ ਵੀ ਮਾਇੰਡ ਦੇ ਵਿੱਚ ਵੀ ਇਹ ਭਾਣਾ ਵੀ ਵਰਤ ਜੂਗਾ। ਨਹੀਂ, ਮੇਰੇ ਨਾਲ ਮੈਂ ਐਕਚੁਲੀ ਥੋੜ੍ਹੇ ਦਿਨ ਪਹਿਲਾਂ ਹੀ ਮੇਰੇ ਨਾਲ ਮੁਲਾਕਾਤ ਹੋਈ ਸੀ, ਮੇਰੇ ਕੋਲ ਆ ਕੇ ਗਿਆ ਰੋਪੜ ਉਹ, ਅਤੇ ਕੋਈ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਵੀ ਇੰਨਾ ਜ਼ਿਆਦਾ ਅਪਸੈਟ ਹੈ ਵੀ, ਇਹ ਜ਼ਰੂਰ ਕਿਹਾ ਸੀ ਵੀ ਥੋੜ੍ਹਾ ਫਾਲ ਡਾਊਨ ਹੈਗਾ ਇਸ ਟਾਈਮ ਇੰਡਸਟਰੀ ਦੇ ਵਿੱਚ, ਪਰ ਇੱਦਾਂ ਦੀ ਕੋਈ ਗੱਲ ਨਹੀਂ ਸੀ ਹੋਈ ਵੀ ਕੋਈ ਇੱਦਾਂ ਦਾ ਮਤਲਬ ਸਿਸਟਮ ਹੋ ਜਾਏਗਾ। ਦਾਰੂ ਤਾਂ ਇੱਕ ਹੈਬਿਟ ਕਹਿ ਲਓ ਜਾਂ ਕੁਛ ਕਹਿ ਲਓ, ਪੀਂਦੇ ਸੀ। ਸਰ ਮੈਨੂੰ ਹੀ ਸਵੇਰੇ ਫੋਨ ਆਇਆ, ਉਹਦੇ ਫੋਨ ਤੋਂ ਆਇਆ, ਮੈਂ ਸਗੋਂ ਮੈਂ ਉਸੇ ਰੂਪ 'ਚ ਗੱਲ ਕੀਤੀ ਜਿਵੇਂ ਵੀ ਰਾਣਾ ਨਾਲ ਹੀ ਮੈਂ ਗੱਲ ਕਰਨੀ ਆ। ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਰਾਣਾ ਤੇਰੀ ਆਵਾਜ਼ ਨਹੀਂ ਸੁਣਦੀ ਯਾਰ, ਉੱਚੀ ਬੋਲ। ਪਰ ਬੋਲਣ ਵਾਲੇ ਨੇ ਬੜੀ ਧੀਮੀ ਆਵਾਜ਼ ਦੇ ਵਿੱਚ ਦੱਸਿਆ ਵੀ ਰਾਣਾ ਨਹੀਂ ਰਿਹਾ।
ਅਤੇ ਮੈਂ ਬੜਾ ਮਾਯੂਸ ਹੋਇਆ ਸੁਣ ਕੇ ਵੀ ਜੇ ਅਚਾਨਕ ਕੀ ਹੋਇਆ। ਮੈਂ ਇੱਥੇ ਆ ਕੇ ਗੁਰਪ੍ਰੀਤ ਨੂੰ ਦੱਸਿਆ, ਅਸੀਂ ਸਾਰੇ ਮਾਯੂਸ ਹੋ ਗਏ। ਅਤੇ ਰਾਣਾ ਮੈਨੂੰ ਲੱਗਦਾ ਮੇਰੀ ਨਜ਼ਰ ਦੇ ਵਿੱਚ ਬੜਾ ਸਿਫਤੀ ਕਲਾਕਾਰ ਸੀਗਾ, ਜਿਵੇਂ ਰਾਜਵਿੰਦਰ ਹੋਰਾਂ ਨੇ ਪਹਿਲਾਂ ਦੱਸਿਆ ਵੀ ਉਹਦਾ ਤੋੜ ਕੋਈ ਨਹੀਂ, ਉਹਦਾ ਬਦਲ ਕੋਈ ਨਹੀਂ ਸੀ। ਅਤੇ ਮੈਂ ਉਹਨੂੰ ਅਕਸਰ ਕਹਿੰਦਾ ਹੁੰਦਾ ਸੀ, ਮੈਂ ਰਾਣਾ ਚਿੰਤਾ ਨਾ ਕਰਕੇ, ਕੋਈ ਸਮਾਂ ਇਹੋ ਜਿਹਾ ਆਊਗਾ ਅਤੇ ਤੂੰ ਸਭ ਨੂੰ ਪਿੱਛੇ ਛੱਡ ਜਾਏਗਾ। ਉਹਦਾ ਇੱਕ ਕਾਰਨ ਹੈਗਾ ਜੀ, ਮੈਂ ਜਦੋਂ ਵੀ ਤੁਸੀਂ ਆਇਓ, ਰਾਜਵਿੰਦਰ ਆਇਆ, ਗੁਰਪ੍ਰੀਤ ਬੈਠੀ ਹੈ, ਔਜਲਾ ਆਜੂ, ਮਲਕੀਤ ਰੋਣੀ ਆਜੂ, ਹੋਰ ਸਾਰੇ ਆ ਜਾਣਗੇ ਸ਼ੋਕ ਸਤ ਕਿ ਅਸੀਂ ਸ਼ੋਕ ਸਥਾਂ 'ਤੇ ਬੈਠਣ ਸਮੇਂ ਹੀ ਜੁੜਦੇ ਹਾਂ, ਅੱਗੇ ਪਿੱਛੇ ਸਾਨੂੰ ਜੁੜਨਾ ਨਹੀਂ ਚਾਹੀਦਾ ਹੈਗਾ। ਅਤੇ ਜਦੋਂ ਅਸੀਂ ਜੁੜਦੇ ਹਾਂ ਤਾਂ ਮੈਨੂੰ ਲੱਗਦਾ ਜਿਹੜਾ ਵਾਰ ਵਾਰ ਇਹ ਆਉਂਦਾ ਵੀ ਕੋਈ ਅਲੱਗ ਥਲੱਗ ਮਹਿਸੂਸ ਕਰਦਾ, ਇਕੱਲਾ ਮਹਿਸੂਸ ਕਰਦਾ, ਅਤੇ ਜਦੋਂ ਉਹਨੂੰ ਇਹ ਅਹਿਸਾਸ ਹੋਊਗਾ ਕਿ ਨਹੀਂ ਮੈਂ ਇਕੱਲਾ ਨਹੀਂ, ਮੇਰੇ ਨਾਲ ਕਿੰਨੇ ਸਾਰੇ ਹੈਗੇ ਆ, ਅਤੇ ਫਿਰ ਸ਼ਾਇਦ ਬੰਦਾ ਜ਼ਿੰਦਗੀ ਹੌਸਲਾ ਫੜ ਜਾਵੇ। ਉਂਝ ਮੈਂ ਨਾਲ ਦੀ ਨਾਲ ਇਹ ਵੀ ਕਹਿੰਦਾ ਹੈਗਾ ਕਿ ਜਦੋਂ ਵੀ ਕੋਈ ਛੋਟੇ ਵੱਡੇ ਪਰਦੇ 'ਤੇ ਆਉਂਦਾ ਹੈਗਾ ਅਤੇ ਉਹ ਕੁਦਰਤੀ ਹੈ, ਇਹਦੇ ਵਿੱਚ ਗਲੈਮਰ ਹੈਗਾ, ਅਤੇ ਗਲੈਮਰ ਹੋਣ ਕਰਕੇ, ਵਡਿਆਈ ਹੋਣ ਕਰਕੇ ਉਹਨੂੰ ਕਈ ਵਾਰ ਉਹਦੀ ਲਿਆਕਤ ਤੋਂ ਵੱਧ ਉਹਦੀ ਜੈ ਜੈਕਾਰ ਹੁੰਦੀ ਹੈਗੀ ਹੈ, ਅਤੇ ਉਹਨੂੰ ਉਸ ਜੈ ਜੈਕਾਰ ਨੂੰ ਵੀ ਸਮਝ ਦੇ ਨਾਲ ਹੀ ਸਾਂਭਣਾ ਹੁੰਦਾ ਹੈਗਾ। ਅਤੇ ਕਿਤੇ ਨਾ ਕਿਤੇ ਜਿਹੜੀ ਸਮਝ ਦੀ ਜਿਹੜੀ ਕਮੀ ਹੈਗੀ ਹੈ, ਜਿਹੜੀ ਸਕੂਲਿੰਗ ਦੀ ਕਮੀ ਹੈਗੀ ਆ, ਉਹ ਚਾਹੇ ਉਹਦੀ ਸਕੂਲਾਂ ਦੀ ਪੜ੍ਹਾਈ ਲਿਖਾਈ ਤੋਂ ਲੈ ਲਓ, ਚਾਹੇ ਉਹ ਇੰਡਸਟਰੀ ਆ ਜਿਹਦੇ ਵਿੱਚ ਵੀ ਉਹ ਕੰਮ ਕਰਦਾ ਹੈਗਾ, ਉਸ ਇਹ ਸਮੂਹ ਦੀ ਸਿੱਖਿਆ ਦੇ ਨਾਲ ਜੁੜਿਆ ਹੋਇਆ ਜਿਹੜਾ ਹੈਗਾ ਪ੍ਰਸ਼ਨ ਹੈ। ਕੀ ਕਹਿਣਾ ਚਾਹੁੰਦੇ ਜੋ ਆਪਣੇ ਵਿੱਚ ਨਹੀਂ ਹੈ? ਬਸ ਇੱਕ ਖਲਾਅ ਪੈ ਗਿਆ ਹੈਗਾ ਜੀ, ਜਿਹਦੀ ਪੂਰਤੀ ਕੋਈ ਨਹੀਂ ਹੈਗੀ, ਸੋ ਮਾਯੂਸ ਹੈ ਬਹੁਤ, ਉਹਨੂੰ ਇੰਨੀ ਜਲਦੀ ਨਹੀਂ ਸੀ ਜਾਣਾ ਚਾਹੀਦਾ। ਸੁਭਾਅ ਬਹੁਤ ਵਧੀਆ ਸੀਗਾ, ਹਰੇਕ ਨਾਲ ਵਧੀਆ ਗੱਲਬਾਤ ਕਰਦੇ ਸੀਗੇ, ਬਹੁਤ ਖੁਸ਼ ਸੁਭਾਅ, ਬਹੁਤ ਵਧੀਆ ਸੁਭਾਅ ਸੀਗਾ। ਫਿਲਮਾਂ ਬਹੁਤ ਕਰੀਆਂ, ਬਸ ਇਸ ਟਾਈਮ ਮੇਰੇ ਦੋ ਫਿਲਮਾਂ ਯਾਦ ਆ, ਇੱਕ ਤਾਂ ਦੂਰਬੀਨ ਫਿਲਮ, ਇੱਕ ਬੱਲਿਓ ਚਲਾਕ ਸੱਜਣਾ, ਇੱਕ ਕਰੇਜੀ ਟੱਬਰ ਵੀ ਹੈਗੀ ਆ। ਬਹੁਤ ਫਿਲਮਾਂ, ਮਤਲਬ ਸਾਰੀ ਫਿਲਮਾਂ 'ਚ ਵਧੀਆ ਰੋਲ, ਹੁਣ ਵੀ ਜਾਂਦੇ ਸੀਗੇ ਕੰਮ 'ਤੇ। ਇਹ ਡਰਿੰਕ ਮਤਲਬ 2-4 ਮਹੀਨੇ ਤੋਂ ਜ਼ਿਆਦਾ ਕਰਨ ਲੱਗ ਗਏ ਸੀਗੇ, ਫਿਰ ਇੱਕ ਰਾਤ ਨੂੰ ਇਹ ਡਰਿੰਕ ਕਰਦੇ ਮੋਟਰ 'ਤੇ ਗਏ, ਉਹ ਡਰਿੰਕ ਕਰਦੇ ਉਹਨਾਂ ਨੇ ਆਪਣੀ ਡਰਿੰਕ ਉੱਥੇ ਰੱਖਤੀ, ਫਿਰ ਸਵੇਰੇ ਭੁਲੇਖੇ ਨਾਲ ਉਹ ਡਰਿੰਕ ਕਿਸੇ ਨੇ ਚੱਕ ਲਈ ਸੀ ਉਹਨਾਂ ਦੀ, ਉਹ ਡਰਿੰਕ ਦੇ ਭੁਲੇਖੇ ਉਹਨਾਂ ਨੇ ਸਪਰੇਅ ਪੀ ਲਈ, ਜਾਂ ਖੂਨ ਦੀ ਉਲਟੀ ਆਈ, ਫਿਰ ਉਹਨਾਂ ਨੂੰ ਪਤਾ ਲੱਗਿਆ ਮੇਰੇ 'ਤੇ ਸਪਰੇਅ ਪੀ ਹੋ ਗਈ, ਫਿਰ ਜਦ ਉਹਨਾਂ ਨੇ ਸਾਨੂੰ ਦੱਸਤਾ। ਰੋਲ ਕਮੇਡੀ ਕਰਦੇ ਸੀ, ਬਹੁਤ ਵਧੀਆ ਰੋਲ ਕਰਦੇ ਸੀ, ਕਮੇਡੀ ਵੱਧ ਕਰਦੇ ਸੀ। ਫਿਲਮ ਗਏ ਹਾਂ ਜੀ, ਹਾਂ ਜੀ, ਨਿੰਜਾ ਗਿੱਪੀ ਗਰੇਵਾਲ, ਹੋਰ ਬਾਕੀ ਖਾਸੀ ਕਲਾਕਾਰ ਹੈਗੇ ਆ। ਰੀਸੈਂਟਲੀ ਦੂਰਬੀਨ ਸੀ ਉਹਨਾਂ ਦੀ।